ਵੀ ਮਾਮਾ ਜੀ ਨੇ ਕਿਸੇ ਦੇ ਹੱਥ ਆਉਣ ਦਾ ਸੁਨੇਹਾ ਕੱਲਿਆ ਹੋਣਾ ਹੈ। ਪਰ ਜਦੋਂ ਉਹ ਰਾਤ ਨੂੰ ਮਾਮਾ ਜੀ ਦੀ ਲਿਆਂਦੀ ਨਿੱਕੀ ਜਿਹੀ ਟਾਰਚ ਨਾਲ ਟਟਹਿਣਿਆਂ ਦੀਆਂ ਨਕਲਾਂ ਲਾਂਦਾ ਪਿਆ ਸੀ, ਬੇ ਜੀ ਦੱਸਿਆ ਵੀ ਉਹਨਾਂ ਨੂੰ ਕਾਂ ਦੇ ਬੋਲਣ ਤੋਂ ਮਾਮਾ ਜੀ ਦੇ ਆਉਣ ਦਾ ਪਤਾ ਲੱਗਾ ਸੀ। ਉਹ ਬੜਾ ਹੈਰਾਨ ਹੋਇਆ ਵੀ ਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਮਾਮਾ ਜੀ ਆਉਣ ਵਾਲੇ ਨੇ। ਪਰ ਫਿਰ ਸੋਚਿਆ ਤੇ ਆਪੂ ਸਮਝ ਆ ਗਈ, ਮਾਮਾ ਜੀ ਦੀ ਘੋੜੀ ਰਹਿ ਰਹਿ ਵਾਲਾ ਕਰਕੇ ਆਈ ਸੀ ਤੇ ਉਹ ਪੈਲੀਆਂ ਰੁੱਖਾਂ ਤੇ ਖਾਲਾਂ ਉੱਤੋਂ ਉੱਡਦਾ ਵਿਚਲੇ ਰਾਹ ਛੇਤੀ ਅਪੜ ਗਿਆ ਤੇ ਉਹਨੇ ਆ ਕੇ ਆਪਣੀ ਬੋਲੀ ਵਿੱਚ ਦੱਸ ਦਿੱਤਾ ਵੀ ਰੋਟੀ ਪਾਣੀ ਦਾ ਆਹਰ ਕਰ ਲਓ, ਪਰਾਹੁਣਾ ਆਉਣ ਵਾਲਾ। ਉਹ ਪਿੰਡ ਦੇ ਸਕੂਲੋਂ ਪੜ੍ਹ ਕੇ ਸ਼ਹਿਰ ਦੇ ਹਾਈ ਸਕੂਲ ਵਿੱਚ ਦਾਖਲ ਹੋਇਆ ਤੇ ਉਹ ਵੀ ਉੱਥੇ ਆ ਗਿਆ। ਬੋਰਡਿੰਗ ਹਾਊਸ ਦੀ ਟਾਹਲੀ ਉੱਪਰ ਬੈਠਾ ਰਹਿੰਦਾ, ਉਹ ਰੋਟੀ ਖਾਣ ਲੱਗਦਾ ਤੇ ਉੱਡ ਕੇ ਨੇੜੇ ਆ ਬਹਿੰਦਾ। ਜਦੋਂ ਕਦੀ ਉਹਨੇ ਪਿੰਡ ਜਾਣਾ ਹੁੰਦਾ ਉਹ ਪਹਿਲਾਂ ਅੱਪੜ ਕੇ ਬੇ ਜੀ ਨੂੰ ਇਤਲਾਹ ਦੇ ਦਿੰਦਾ ਤੇ ਬੇ ਜੀ ਉਹਨੂੰ ਚੂਰੀਆਂ ਪਾਉਂਦੇ, ਬਹੁਤਾ ਦਿਲ ਹੁਸੜਿਆ ਹੁੰਦਾ ਤੇ ਦੁੱਧ ਤੋਂ ਮਲਾਈ ਲਾ ਕੇ ਖਵਾਉਂਦੇ। ਫਿਰ ਉਹ ਹੋਰ ਦੂਰ ਵੱਡੇ ਸ਼ਹਿਰ ਆ ਗਿਆ, ਪਹਿਲਾਂ ਕਾਲਜ ਤੇ ਫਿਰ ਯੂਨੀਵਰਸਿਟੀ ਵਿੱਚ ਦਾਖਲ ਹੋਇਆ, ਪਰ ਉਹਨੇ ਉਹਦਾ ਸਾਥ ਨਾ ਛੱਡਿਆ। ਉਹ ਕਲਾਸ ਵਿੱਚੋਂ ਬਾਹਰ ਆਉਂਦਾ ਤੇ ਉਹ ਕਿਸੇ ਖਿੜਕੀ ਦੇ ਛੱਜੇ ਜਾਂ ਰੁੱਖ ਦੀ ਡਾਲ ਤੇ ਬੈਠਾ ਹੁੰਦਾ, ਕੈਫੇਟੇਰੀਆ ਦੇ ਬਨੇਰੇ ਤੇ ਬਹਿ ਕੇ ਉਹਦੇ ਵੱਲ ਤੱਕਦਾ ਰਹਿੰਦਾ। ਉਹ ਆਪਣੇ ਨਾਲ ਦੇ ਮੁੰਡੇ ਕੁੜੀਆਂ ਨਾਲ ਚਾਹ ਪੀਂਦੇ ਹੋਇਆ ਉਹਦੇ ਲਈ ਇੱਕ ਅੱਧਾ ਬਿਸਕੁਟ ਜਾਂ ਸੈਂਡਵਿਚ ਦਾ ਟੁਕੜਾ ਲੁਕਾ ਲਿਆਉਂਦਾ। ਉਹਦਾ ਜੀ ਚਾਹੁੰਦਾ ਉਹ ਉਹਦੇ ਮੋਢਿਆਂ 'ਤੇ ਆ ਪਵੇ, ਉਹਦੇ ਨਾਲ ਗੱਲਾਂ ਕਰੇ, ਉਹ ਜਿੱਥੇ ਬਹਿ ਕੇ ਰੋਟੀ ਖਾਂਦਾ ਜਾਂ ਚਾਹ ਪੀਂਦਾ ਹੋਵੇ ਉਹ ਕੋਲ ਮੇਜ਼ 'ਤੇ ਆ ਪਵੇ ਅਤੇ ਉਹਦੀ ਥਾਲੀ ਵਿੱਚੋਂ ਚੁੰਝਾਂ ਭਰ ਭਰ ਕੇ ਖਾਏ। ਬੇ ਜੀ ਨੂੰ ਉਹਦੇ ਖੱਤ ਤੇ ਉਹਨੂੰ ਬੇ ਜੀ ਦੇ ਸੁਨੇਹਾ ਪੜਾਏ, ਪਰ ਉਹ ਬਹੁਤ ਤਰਹਿੰਦਾ, ਇੰਨੀ ਪੁਰਾਣੀ ਅਤੇ ਪੱਕੀ ਦੋਸਤੀ ਪਿੱਛੋਂ ਵੀ ਜ਼ਰਾ ਵੀ ਸਾਹ ਨਾ ਖਾਂਦਾ। ਉਹ ਅਗਾਂਹ ਹੁੰਦਾ ਅਤੇ ਉਹ ਫੁਰ ਕਰਕੇ ਦੂਰ ਜਾ ਬਹਿੰਦਾ। ਉਹ ਮਾਂਗ ਦੀਆਂ ਰਾਤਾਂ ਵਿੱਚ ਜਦੋਂ ਕੱਕਰ ਪੈਂਦਾ ਹੀਟਰ ਕੋਲ ਬਹਿ ਕੇ ਪੜਦਿਆਂ ਜਾਂ ਨਿੱਘੀ ਰੇਸ਼ਮੀ ਰਜਾਈ ਵਿੱਚ ਲੇਟ ਕੇ ਸੌਂਦਿਆਂ ਉਹਨੂੰ ਉਹਦਾ ਖਿਆਲ ਆ ਜਾਂਦਾ ਅਤੇ ਉਹ ਪਰੇਸ਼ਾਨ ਹੋ ਜਾਂਦਾ। ਖਰੇ ਉਹ ਕਿਸ ਰੁੱਖ ਦੇ ਪੱਤਰਾਂ ਓਹਲੇ ਲੁੱਕ ਕੇ ਬੈਠਾ ਕੰਬਦਾ ਹੋਏਗਾ, ਖੰਭਾਂ ਵਿੱਚੋਂ ਚੁੰਝ ਬਾਹਰ ਕੱਢ ਕੇ ਜਰੇ ਜਰੇ ਉਸ ਪਾਸੇ ਵੱਲ ਤੱਕਦਾ ਹੋਏਗਾ ਜਿੱਧਰੋਂ ਦੇਹ ਚੜ੍ਹਦਾ। ਜਦੋਂ ਕਦੀ ਰਾਤ ਨੂੰ ਮੀਂਹ ਵਸਦਾ ਉਹਨੂੰ ਜਰੇ ਜਰੇ ਉਹਦਾ ਚੇਤਾ ਆਉਂਦਾ, ਖਰੇ ਉਹਦਾ ਕੀ ਹਾਲ ਹੋਏ ਉਹਦੇ ਵਸ ਵਿੱਚ ਹੁੰਦਾ ਅਤੇ ਉਹ ਆਪਣੇ ਕਮਰੇ ਵਿੱਚ ਉਹਦਾ ਫੋਮ ਦਾ ਆਲ੍ਹਣਾ ਬਣਵਾ ਦਿੰਦਾ। ਕੱਕਰ ਪਾਲੇ ਦੀਆਂ ਇੰਨੀਆਂ ਰਾਤਾਂ ਉਹਨੇ ਕਾਂ ਦੀ ਫਿਕਰ ਵਿੱਚ ਗੁਜ਼ਾਰੀਆਂ ਵੀ ਬਾਅਦੇ ਵੇਲੇ ਜਾਪਦਾ ਉਹਨੇ ਇਹ ਰਾਤਾਂ ਆਪੂ ਉਹਦੇ ਨਾਲ ਕਿਸੇ ਰੁੱਖ ਦੀ ਡਾਲ 'ਤੇ ਬਹਿ ਕੇ ਗੁਜ਼ਾਰੀਆਂ ਨੇ। ਇੱਕ ਵਾਰੀ ਜਦੋਂ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਆਇਆ ਹੋਇਆ ਸੀ ਉਹਨੇ ਕਮਾਲ ਕਰ ਦਿੱਤਾ, ਸਵੇਰੇ ਸਵੇਰੇ ਬੋਲਣ ਲੱਗ ਪਿਆ। ਉਹ ਦੋ ਤਿੰਨ ਦਿਨ ਪਹਿਲਾਂ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਇਆ ਸੀ ਅਤੇ ਕਿਸੇ ਪਰਾਹੁਣੇ ਦੇ ਆਉਣ ਦੀ ਉਮੀਦ ਸੀ ਨਾ ਉਡੀਕ, ਪਰ ਬੇ ਜੀ ਆਖਣ ਲੱਗੇ ਕਾਂ ਐਵੇਂ ਨਹੀਂ ਪਿਆ ਬੋਲਦਾ, ਜ਼ਰੂਰ ਕਿਸੇ ਆਉਣਾ। ਉਹਨੇ ਆਖਿਆ ਬੇ ਜੀ ਕਿਸ ਆਉਣਾ ਹੈ, ਇਹ ਭੁੱਖਾ ਹੈ ਅਤੇ ਐਵੇਂ ਜਮਈਆਂ ਪਿਆ ਮਾਰਦਾ। ਪਰ ਸ਼ਾਮ ਵੇਲੇ ਜਦੋਂ ਬੂਹੇ ਅੱਗੇ ਟਾਂਗਾ ਆ ਖਲੋਤਾ ਅਤੇ ਉਹ ਹੈਰਾਨ ਪਰੇਸ਼ਾਨ ਹੋ ਗਿਆ। ਇੰਜ ਆ ਪਿਆ ਜਿਵੇਂ ਕੋਈ ਫੁੱਲਾਂ ਅਤੇ ਖੁਸ਼ਬੂਆਂ ਦਾ ਭਰਿਆ ਟੋਕਰਾ ਉਹਨਾਂ ਦੇ ਘਰ ਦੀਆਂ ਬਰੂਹਾਂ 'ਤੇ ਲੁੱਦ ਗਿਆ ਹੋਏ। ਟਾਂਗੇ ਵਿੱਚੋਂ ਨਾਹੀਦ ਅਤੇ ਉਹਦੇ ਅੱਬਾ ਜੀ ਉਤਰੇ ਅਤੇ ਉਹਦੇ ਅੰਦਰ ਦਾ ਬਾਲ ਤਾੜੀ ਮਾਰ ਕੇ ਖਿੜ ਖਿੜ ਹੱਸਿਆ। ਉਹਦਾ ਜੀ ਕੀਤਾ ਉਹ ਪਿੰਡ ਦੇ ਹਰ ਰੁੱਖ ਉੱਤੇ ਉਹਦਾ ਇੱਕ ਰਾਂਗਲਾ ਆਲ੍ਹਣਾ ਬਣਵਾ ਦੇ। ਦੂਜੇ ਦਿਨ ਉਹਨੇ ਨਾਹੀਦ ਨਾਲ ਉਹਦੀ ਗੱਲ ਕੀਤੀ ਅਤੇ ਉਹ ਟਾ ਟਾ ਕਰਕੇ ਹੱਸੀ। ਉਹ ਜਿਹਦੇ ਨਾਲ ਵੀ ਉਹਦੀ ਗੱਲ ਕਰਦਾ ਉਹ ਹੱਸ ਛੱਡਦਾ। ਅਖੀਰ ਉਹਨੇ ਉਹਦੀ ਗੱਲ ਕਰਨੀ ਛੱਡ ਦਿੱਤੀ, ਪਰ ਕਾਂ ਨਾਲ ਉਹਦੀ ਦੋਸਤੀ ਹੋਰ ਪੱਕੀ ਹੋ ਗਈ। ਉਹ ਉਹਦੀਆਂ ਖਾਤਰਾਂ ਕਰਦਾ ਅਤੇ ਉਹ ਉਹਦੇ ਪਰਾਹੁਣਿਆਂ ਦੀਆਂ ਖਬਰਾਂ ਅਤੇ ਸੁਨੇਹ ਲਿਜਾਂਦਾ ਰਿਹਾ। ਫਿਰ ਉਹਨੇ ਸ਼ਹਿਰ ਵਿੱਚ ਨੌਕਰੀ ਕਰ ਲਈ, ਨਾਹੀਦ ਨਾਲ ਉਹਦਾ ਵਿਆਹ ਹੋ ਗਿਆ। ਬੇ ਜੀ ਬੜਾ ਚਿਰ ਉਹਨੂੰ ਚੂਰੀਆਂ ਕੁੱਟ ਕੁੱਟ ਕੇ ਪਾਉਂਦੇ ਰਹੇ, ਫਿਰ ਅੱਖਾਂ ਨੂੰ ਗਏ, ਉਹਦੇ ਵਾਲਾਂ ਦਾ ਰੰਗ ਧੌਲਾ ਹੋ ਗਿਆ, ਬਾਲ ਬੱਚੇ ਵੱਡੇ ਹੋ ਗਏ, ਪਰ ਉਹਦੇ ਨਾਲ ਦੋਸਤੀ ਵਿੱਚ ਕੋਈ ਫਰਕ ਨਾ ਆਇਆ। ਉਹਨੇ ਸ਼ਹਿਰ ਵਿੱਚ ਕੋਠੀ ਪਾਈ ਅਤੇ ਉਹਨੇ ਪਿਛਵਾੜੇ ਬਾਗ ਵਿੱਚ ਆਲ੍ਹਣਾ ਆ ਮੱਲਿਆ। ਸਾਰਾ ਦਿਨ ਘਰ ਦੀਆਂ ਕੰਧਾਂ ਬਨੇਰਿਆਂ ਅਤੇ ਰੁੱਖਾਂ ਉੱਤੇ ਕਾਂ ਕਾਂ ਕਰਦਾ ਰਹਿੰਦਾ। ਉਹਨੂੰ ਕਈ ਵਾਰੀ ਭੁੱਲ ਜਾਂਦਾ, ਪਰ ਕਾਂ ਨੇ ਉਹਦੇ ਘਰ ਦਾ ਬੂਹਾ ਨਾ ਛੱਡਿਆ। ਕਦੀ ਕਦੀ ਛੁੱਟੀ ਵਾਲੇ ਦਿਨ ਉਹ ਬਾਗ ਵਿੱਚ ਜਾਂਦਾ, ਉਹਦੇ ਲਈ ਚੀਜ਼ਾਂ ਵਸਤਾਂ ਲੈ ਕੇ ਉਹ ਆਪਣੇ ਸਾਥੀਆਂ ਨੂੰ ਵੀ ਸੱਦ ਲੈਂਦਾ। ਬੜਾ ਰੌਲਾ ਪੈਂਦਾ, ਬੜੀ ਰੌਣਕ ਲੱਗਦੀ, ਬੜਾ ਸਵਾਦ ਆਉਂਦਾ। ਉਹਦੇ ਬਾਲ ਬੱਚੇ ਹੋਰ ਵੱਡੇ ਹੋ ਗਏ, ਉਹ ਨੌਕਰੀਓਂ ਰਿਟਾਇਰ ਹੋ ਗਿਆ। ਨਾਹੀਦ ਹਮੇਸ਼ਾ ਲਈ ਉਹਦਾ ਸਾਥ ਛੱਡ ਗਈ। ਬਹੁਤ ਕੁਝ ਉੱਪਰ ਥੱਲੇ ਹੋ ਗਿਆ, ਪਰ ਉਹਨੇ ਯਾਰੀ ਨਾ ਤਰੋੜੀ। ਜਦੋਂ ਕਦੀ ਕਿਸੇ ਪੁਰਾਣੇ ਸੰਗੀ ਬੇਲੀ ਜਾਂ ਲੱਗਦੇ ਲੀਂਦੇ ਆਉਣਾ ਹੁੰਦਾ, ਉਹ ਘਰ ਦੇ ਕਿਸੇ ਰੁੱਖ ਜਾਂ ਬਨੇਰੇ 'ਤੇ ਬਹਿ ਕੇ ਉੱਚੀ ਉੱਚੀ ਬੋਲਦਾ ਰਹਿੰਦਾ। ਫਿਰ ਧੀਆਂ ਆਪਣੇ ਘਰਾਂ ਵਾਲੀਆਂ ਹੋ ਗਈਆਂ ਅਤੇ ਪੁੱਤਰਾਂ ਨੂੰ ਭਾਗ ਲੱਗੇ ਅਤੇ ਵਿਹੜਾ ਭਰਿਆ ਗਿਆ। ਉਹ ਰੋਜ਼ ਸਵੇਰੇ ਬਾਗ ਵਿੱਚ ਸੈਰ ਕਰਨ ਜਾਂਦਾ, ਉਹਨੂੰ ਵੇਖ ਕੇ ਚਾਹ ਨਾਲ ਸਾਰੇ ਬਾਗ ਵਿੱਚ ਉੱਡਦਾ। ਘਰ ਆਉਂਦਾ ਅਤੇ ਉਹ ਅਗਦੋਂ ਆ ਕੇ ਬਨੇਰੇ 'ਤੇ ਬੈਠਾ ਹੁੰਦਾ। ਪਿਛਲੇ ਕੁਝ ਮਹੀਨਿਆਂ ਤੋਂ ਉਹਦੇ ਪੁੱਤਰਾਂ ਤੋਂ ਨੂੰਹਾਂ ਨੂੰ ਕੋਠੀ ਸੌੜੀ ਚਾਪਣ ਲੱਗ ਪਈ ਸੀ ਅਤੇ ਉਹਨਾਂ ਨੂੰ ਪਿੰਡ ਵਾਲੇ ਜ਼ਮੀਨ ਅਤੇ ਮਕਾਨਾਂ ਦੀ ਫਿਕਰ ਸਤਾਉਣ ਲੱਗ ਪਈ ਸੀ। ਉਹ ਪੱਜ ਨਾਲ ਕਈ ਵਾਰੀ ਆਖ ਚੁੱਕੇ ਸਨ ਵੀ ਉਹਨੂੰ ਪਿੰਡ ਜਾ ਕੇ
अपना जद्दी पुश्ती मकान आबाद करना ते जमीना दी निगरानी करनी चाहीदी है। उन्हें कई बार सोचा भी चला जाए पर बालां दी रौनक छड़ के पिंड विच कल्या रहण नूं उहदा जी ना मनदा। पर परसों राती जिहड़ा तूफान आया सी उहनें उहदी सलाह बदल दित्ती। इह बड़ा सख्त तूफान सी, उहदी भुल नाल तूफान वाले पासे दीआं बारियां खुल्लियां रहि गईआं सन, जिहदी वजह तों बाद दा तूफान घर दे अंदर आ वड़िया ते घर दीआं बहुत सारीआं निक्कीआं वड्डीआं चीज़ां गुआच गईआं। अद्धी रात तीक उहदी निक्की नूं ते वड्डे पुत्तर दे उच्ची उच्ची बोलण दीआं आवाज़ां आउंदीआं रहीआं। बाकी दी अद्धी रात पिछलीआं भुल्लां ते तूफान विच रुढ़ जाण वालीआं चीज़ां दा वेरवा करदिआं गुजरी। ਵੱਡੇ ਵੇਲੇ ਉਹ ਬਾਗ ਵਿੱਚ ਗਿਆ, ਦਿਲ ਵਿੱਚ ਭੈੜੇ ਭੈੜੇ ਖਿਆਲ ਆਉਂਦੇ। ਖੌਰੇ ਉਹਦਾ ਕੀ ਹਾਲ ਹੋਇਆ ਵੇਖਿਆ ਤੇ ਬਾਗ ਵਿੱਚ ਬੇਹਿਸਾਬ ਕਾਂ ਚਾਰੇ ਪਾਸੇ ਕਾਂ ਕਾਂ ਕਰਦੇ ਫਿਰਦੇ ਸਨ। ਉਹਨੇ ਅਗਾਂਹ ਵੱਧ ਕੇ ਤੱਕਿਆ ਤੇ ਪਰੇਸ਼ਾਨ ਹੋ ਗਿਆ। ਇੱਕ ਕਾਂ ਰਾਤ ਦੇ ਤੂਫਾਨ ਦੀ ਫੰਡ ਨਾਲ ਮਰਿਆ ਪਿਆ ਸੀ। ਉਹਨੇ ਸਿਆਣ ਲਿਆ ਉਹ ਉਹਦਾ ਕਾਂ ਸੀ, ਉਹਦੇ ਨਿੱਕੇ ਹੁੰਦਿਆਂ ਦਾ ਯਾਰ, ਉਹਦੀ ਬੇਜੀ ਦੀ ਸੁਣਾਈ ਹੋਈ ਚਿੜੀ ਕਾਂ ਦੀ ਕਹਾਣੀ ਵਾਲਾ ਕਾਂ। ਅੱਗੇ ਉਹਦਾ ਜੀ ਨਹੀਂ ਸੀ ਚਾਹੁੰਦਾ ਵੀ ਬਾਲਾਂ ਦੀ ਰੌਣਕ ਛੱਡ ਕੇ ਪਿੰਡ ਤੁਰ ਜਾਏ, ਪਰ ਇਸ ਵਾਕਏ ਦੇ ਪਿੱਛੋਂ ਹੁਣ ਉਹਨੇ ਫੈਸਲਾ ਕਰ ਲਿਆ ਉਹਨਾਂ ਦਾ ਆਖਾ ਮੰਨ ਹੀ ਲਵੇ। ਉੱਥੇ ਭਾਵੇਂ ਉਹ ਇਕੱਲਾ ਹੋਵੇਗਾ ਪਰ ਉੱਥੇ ਉਹਦੀ ਕਹਾਣੀ ਅਜੇ ਵੀ ਸਜਰੀ ਹੋਣੀ ਹੈ। ਉਹਨੂੰ ਯਕੀਨ ਹੈ ਉੱਥੇ ਅਜੇ ਵੀ ਸੌਣ ਵੇਲੇ ਮਾਵਾਂ ਆਪਣੇ ਬਾਲਾਂ ਨੂੰ ਅਤੇ ਭੈਣਾਂ ਆਪਣੇ ਵੀਰਾਂ ਨੂੰ ਉਹਦੀ ਕਹਾਣੀ ਜ਼ਰੂਰ ਸੁਣਾਉਂਦੀਆਂ ਹੋਣਗੀਆਂ। ਵਾਹ ਜੀ, ਇਹ ਬੜੀ ਅੱਛੀ ਕਹਾਣੀ ਹੈ ਜੀ। ਅਲਾਮਤ ਔਰ ਲੋਕ ਦਾ ਰਾਏ ਜਿਹੜੀ ਪੰਜਾਬ ਦੀ ਸਾਰੀ ਉਹ ਆਈ ਇਹਦੇ ਵਿੱਚ, ਔਰ ਖਾਸ ਤੌਰ 'ਤੇ ਜਿਹੜੀ ਲੋਕ ਰਵਾਇਤ ਔਰ ਕਾਂ ਦਾ ਫਿਰ ਅੱਗੇ ਆ ਕੇ ਖਤਮ ਹੋ ਜਾਣਾ ਸ਼ਹਿਰਾਂ 'ਚ ਆਉਣਾ, ਇਹ ਇਹਨਾਂ ਦੀ ਯਾਨੀ ਕਹਾਣੀਆਂ ਦੀ ਖਾਸ ਖੂਬੀ ਇਹ ਹੋਈ ਹੈ ਕਿ ਉਹਦੇ ਵਿੱਚ ਪੂਰੀ ਕਹਾਣੀ ਔਰ ਨਾਲ ਉਹਦੇ ਅਲਾਮਤ ਵੀ ਹੁੰਦੀ ਹੈ। ਅਤੇ ਅਫਸਾਨੇ ਦੇ ਨਾਲ ਜੇ ਦੁਬਾਰਾ ਅਸੀਂ ਸ਼ਾਇਰੀ ਆ ਲਾਈਏ ਤਾਂ ਅਹਿਮਦ ਜ਼ਫਰ ਸਾਹਿਬ ਤੁਸੀਂ ਤਾਂ ਉਸ ਕਾਫਲੇ ਦੇ ਵਿੱਚ ਸ਼ਾਮਿਲ ਰਹੇ ਹੋ ਜਿਨ੍ਹਾਂ ਨੇ ਪੰਜਾਬੀ ਨਜ਼ਮ ਜਿਹੜੀ ਹੈ ਉਹਨੂੰ ਅੱਗੇ ਵਧਾਇਆ। ਅਤੇ ਨਜ਼ਮ ਆਪਣੀ ਅਗਰ ਤੁਸੀਂ ਜੀ ਕਰਨਾ ਜੀ, ਅਕਲਾਪੇ ਦੇ ਰੰਗ ਇੱਕ ਲਹਿਰ ਜੀ ਆਉਂਦੀ ਏ ਤੇ ਦੂਰ ਲਜਾਂਦੀ ਏ, ਹੱਸਦਾ ਹੋਇਆ ਪਤਨਾ ਤੇ ਇੱਕ ਸ਼ਹਿਰ ਵਿਖਾਂਦੀ ਏ। ਮੈਂ ਜਿਸ ਵਿੱਚ ਰਹਿੰਦਾ ਸਾਂ ਹੁਣ ਜਿਸ ਵਿੱਚ ਰਹਿੰਦਾ ਨਹੀਂ, ਸੀਨੇ ਵਿੱਚ ਸਲ ਵਾਂਗੂ ਇੱਕ ਯਾਦ ਸਤਾਉਂਦੀ ਏ। ਚੰਬਾ ਜਿਹਾ ਚਿੜੀਆਂ ਦਾ ਅੱਖਾਂ ਵਿੱਚ ਹੱਸਦਾ ਏ, ਚੰਬਾ ਜਿਹਾ ਚਿੜੀਆਂ ਦਾ ਅੱਖਾਂ ਵਿੱਚ ਹੱਸਦਾ ਏ। ਜੋਗਨ ਕੋਈ ਗਲੀਆਂ ਵਿੱਚ ਹਣੌਸੀਆਂ ਪਾਉਂਦੀ ਏ, ਸੂਰਜ ਨੂੰ ਤਰੇਲੀ ਜਈ ਆਈ ਹੋਈ ਵੇਖੀ ਏ, ਸੂਰਜ ਨੂੰ ਤਰੇਲੀ ਜਈ ਆਈ ਹੋਈ ਵੇਖੀ ਏ, ਸ਼ਬਨਮ ਜਿਵੇਂ ਸਬਜ਼ੇ ਤੇ ਪਿਘਲੀ ਹੋਈ ਚਾਂਦੀ ਏ, ਸ਼ਬਨਮ ਜਿਵੇਂ ਸਬਜ਼ੇ ਤੇ ਪਿਘਲੀ ਹੋਈ ਚਾਂਦੀ ਏ। ਮੇਲੇ ਵਿੱਚ ਲੱਭਣਾ ਵੇਲੇ ਦਾ ਕੋਈ ਸਾਥੀ, ਮੇਲੇ ਵਿੱਚ ਲੱਭਣਾ ਵੇਲੇ ਦਾ ਕੋਈ ਸਾਥੀ, ਕੱਲੀ ਕਿਸੇ ਵੇਲੇ ਵਿੱਚ ਜਿੰਦ ਵੰਝਲੀ ਵਜਾਂਦੀ ਏ। ਇੱਕ ਲਹਿਰ ਜੀ ਆਉਂਦੀ ਏ ਤੇ ਦੂਰ ਲਜਾਂਦੀ ਏ, ਹੱਸਦਾ ਹੋਇਆ ਪਤਨਾ ਤੇ ਇੱਕ ਸ਼ਹਿਰ ਵਿਖਾਂਦੀ। ਬਹੁਤ ਖੂਬਸੂਰਤ ਨਜ਼ਮ ਹੈ ਜੀ, ਵਾਹ। ਇਹਦੇ ਵਿੱਚ ਅੱਛਾ ਗਜ਼ਲ ਵਾਲਾ ਉਹ ਤਗਜ਼ਲ ਵੀ ਇਹਦੇ 'ਚ ਮੌਜੂਦ ਹੈ, ਔਰ ਇਹਦੇ 'ਚ ਉਹ ਮੌਸੀਕੀ ਜਿਹੜੀ ਕਾਫੀ ਵਾਲੀ ਉਹ ਵੀ, ਔਰ ਫਿਰ ਇਹਦੇ 'ਚ ਇਮਜਿਤ ਬਹੁਤ ਅੱਛੇ ਔਰ ਖੂਬਸੂਰਤ। ਫਿਰ ਇਹ ਕਿ ਉਹ ਇਕਲਾਪੇ ਨੂੰ ਕਿਸ ਤਰ੍ਹਾਂ ਇਹਨਾਂ ਨੇ ਉਹ ਇਹਦਾ ਇੱਕ ਬਣਾਇਆ ਮਜਮੂਈ ਤਾਸਰ ਬਹੁਤ ਉਮਦਾ ਹੈ, ਔਰ ਇਹ ਲੱਗਦਾ ਹੈ ਕਿ ਕਿਸੇ ਬਹੁਤ ਮੰਜੇ ਹੋਏ ਔਰ ਬਹੁਤ ਪੁਰਾਣੇ ਲਿਖਣ ਵਾਲੇ ਦੀ, ਕਿਉਂ ਕਿ ਸਹਿਲ ਹੈ ਔਰ ਜਿਤਨਾ ਆਦਮੀ ਦਾ ਕਮਾਂਡ ਹੁੰਦੀ ਜਾਂਦੀ ਲਿਖਣ ਉੱਤੇ ਉਤਨਾ ਹੀ ਉਹ ਸਹਿਲ ਹੁੰਦਾ ਜਾਂਦਾ। ਇਹਨਾਂ ਸਭ ਤੁਸੀਂ ਵੀ ਤਾਂ ਉਹ ਕਤੇ ਛੱਤੇ ਬਹੁਤ ਸਾਰੇ ਖੂਬਸੂਰਤ ਲਿਖੇ ਨੇ ਔਰ ਉਹ ਚੁਮਿਸਰੇ ਜੇ, ਤਾਂ ਤੁਸੀਂ ਸੁਣਾਓ ਜੀ। ਮੈਂ ਪੇਸ਼ ਕਰ ਦੇਣਾ ਦੋ ਤਿੰਨ ਚੌਸਤਰੇ ਕਹਿ ਲਵੋ, ਚੁਮਿਸਰੇ ਕਹਿ ਲਓ, ਕਤੇ ਕਹਿ ਲਓ। ਅਰਜ਼ ਕੀਤਾ ਕਿ ਯਾਰੀ ਲਾਂਦੇ ਨੇ ਯਾਰੀ ਪਾਲਦੇ ਨਹੀਂ, ਯਾਰੀ ਲਾਂਦੇ ਨੇ ਯਾਰੀ ਪਾਲਦੇ ਨਹੀਂ, ਚਾਨਣ ਲੱਭਦੇ ਨੇ ਦੀਵੇ ਬਾਲਦੇ ਨਹੀਂ, ਉੱਤੋਂ ਵੇਖਣ ਨੂੰ ਹੀਰੇ ਜੋ ਜਾਪਦੇ ਨੇ, ਵਿੱਚੋਂ ਫੁੱਲੋ ਤੇ ਪੱਥਰ ਦੇ ਨਾਲ ਦੇ ਨਹੀਂ। ਦੂਜਾ ਕਥਾ ਹੈ ਕਿ ਇਹ ਪਏ ਅਸਮਾਨਾਂ ਤੇ ਬੱਦਲ ਗੱਜਦੇ ਨੇ, ਇਹ ਪਏ ਅਸਮਾਨਾਂ ਤੇ ਬੱਦਲ ਗੱਜਦੇ ਨੇ, ਜਾਂ ਇਹ ਸਾਡੇ ਆਪਣੇ ਕੰਨ ਪਏ ਵੱਜਦੇ ਨੇ, ਇਹ ਪਏ ਅਸਮਾਨਾਂ ਤੇ ਬੱਦਲ ਗੱਜਦੇ ਨੇ, ਜਾਂ ਇਹ ਸਾਡੇ ਆਪਣੇ ਕੰਨ ਪਏ ਵੱਜਦੇ ਨੇ, ਇਹ ਬੇਰਬਤ ਆਵਾਜ਼ਾਂ ਕਿੱਧਰੋਂ ਆਉਂਦੀਆਂ ਨੇ,
अंदर केड़े जज्बे टुटदे भजदे ने। ते एक होर कथा है जी के कल्या बैठ के सोच रहा सां एहो ही किन्ने चिर दा, कल्या बैठ के सोच रहा सां एहो ही किन्ने चिर दा, अंदर पांबड़ होण ते अख चों हंजू क्यों नहीं किरदा, ते अचण चेती कन्ना अंदर वाज ए किधरों आई, दिल विच सोग होवे ते बंदा बागां विच नहीं फिरदा। बहुत अच्छे ने, खूबसूरत ने, और एक पुरानी रवायत नूं तुसी दुबारा जिंदा कर रहे हो, बहुत अच्छा एक काम। मनशा साहब गल शायरी दी इत्थे आके मुकी है कि गजल भी आई सामने, कते भी आए, नज़म भी आई और अफसाना भी आया। मजमूई तौर पर अदब के हवाले नाल देखिए तो खास तौर पर थोड़ा अफसाना जिहड़ा सीगा अलामती और कहानी के हिसाब नाल, और नज़म जिहड़ी सीगी जदीद रंग के हिसाब नाल, और गज़ल अज के दौर की जरूरत के हिसाब नाल, मजमूई तौर पर इन्हों तिना सनफा से गलबात भी भरवी हुई। डॉक्टर बशीर सैफी साहब, जनाब मनशा याज साहब, जनाब अहमद जफर साहब, तुहाड़ा बहुत बहुत शुक्रिया, तुसी तशरीफ लिया इस प्रोग्राम विच और परवी गुफ्तगू की। नाजरीन, इहदे नाल ही अज दा प्रोग्राम खत्म हुंदा है, इजाजत दिओ, अल्लाह हाफिज।